ਭਾਈ ਜੀ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਜਿੰਨਾ ਚਿਰ ਟਾਈਮ ਸਾਡਾ ਸੰਘਰਸ਼ ਚੱਲ ਰਿਹਾ ਜੀ ਦਿੱਲੀ ਦੇ ਵਿੱਚ ਸਾਡੇ ਮਾਮਾ-ਪਾਪਾ ਇਹਨਾਂ ਬਜ਼ੁਰਗਾਂ ਜੀ ਉੱਥੇ ਬੈਠੇ ਆੜੇ ਅਸੀਂ ਇਹ ਕਹਿ ਰਹੇ ਹਾਂ ਜੀ ਵੋਟਾਂ ਉਹਨਾਂ ਚਿਰ ਰੱਦ ਕਰੀਆਂ ਜਾਣ ਅਸੀਂ ਉਹਨਾਂ ਚਿਰ ਸਾਡਾ ਕੋਈ ਵੋਟ ਨਹੀਂ ਪਾਊਗਾ ਜੀ ਸਾਡੇ 18 ਪਿੰਡ ਜੀ ਦਿੱਲੀ ਦੇ ਵਿੱਚ ਬੈਠਾ ਸਾਰਾ ਪੰਜਾਬ ਦੀ ਸਾਡਾ ਉਹਨਾਂ ਚਿਰ ਕੋਈ ਵੋਟ ਨਹੀਂ ਪਾਊਗਾ ਜੀ ਸਾਡੇ ਚੋਂ ਵੋਟਾਂ ਜੀ ਸਰਕਾਰ ਨੂੰ ਐ ਚਾਹੀਦਾ ਜੀ ਵੀ ਸਾਡਿਆਂ 150 ਮੌਤ ਹੋ ਚੁੱਕੇ ਜੀ ਉੱਥੇ ਵੋਟਾਂ ਮੰਗਣ ਹੁਣ ਪਿੰਡ ਦੇ ਬੱਚਾ ਆ ਜਾਣਗੇ ਪਰ ਇਹਨਾਂ ਦੇ ਵੋਟਾਂ ਯਾਦ ਨੇ ਮੌਤਾਂ ਕਿਸੇ ਦੀ ਯਾਦ ਨਹੀਂ ਹੋਈਗੀ ਜੇ ਸੀਲ ਹੋਏ ਨੇ ਸਾਡੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਵਾਂਗੇ ਜਿੰਨਾ ਚਿਰ ਸਾਡਾ ਸੰਘਰਸ਼ ਚੱਲ ਰਿਹਾ ਜੀ ਦਿੱਲੀ ਦੇ ਵਿੱਚ ਇਹ ਕਾਗਜ਼ ਤੇ ਲਿਖਿਆ ਜੀ ਜਿੰਨਾ ਚਿਰ ਸਾਡਾ ਕਿਸਾਨੀ ਸੰਘਰਸ਼ ਚੱਲਦਾ ਹੈ ਸਾਡੇ ਕੋਈ ਸਿਆਸੀ ਆਗੂ ਵੀ ਕੋਈ ਵੋਟ ਮੰਗਣ ਨਾ ਆਵੇ ਇਹ ਅਸੀਂ ਬਹੁਤ ਸਾਡੇ ਕਬਾਰਡ ਦੇ ਵਿੱਚ ਕਾਫੀ ਘਰਾਂ ਤੇ ਲੱਗ ਚੁੱਕੇ ਨੇ ਤੇ ਬਾਕੀ ਜਿਹੜੀ ਰੋਸ ਦੀ ਗੱਲ ਹੈ ਵੀ ਇੱਕ ਪਾਸੇ ਦਾ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਉੱਥੇ ਲੋਕ ਸਾਡੇ ਬੈਠੇ ਨੇ ਮੌਤਾਂ ਹੋ ਰਹੀਆਂ ਨੇ ਤੇ ਇਹਨਾਂ ਨੂੰ ਸਰਕਾਰਾਂ ਨੂੰ ਕੋਈ ਯਾਦ ਨਹੀਂ ਹੈ ਇੱਕ ਪਾਸੇ ਤਾਂ ਸਾਡੇ ਕਿਸਾਨ ਹਤਾਇਛੀ ਨੇ ਦੂਜੇ ਪਾਸੇ ਕਿਸੇ ਨੇ ਕਦੇ ਹਾਂ ਦਾ ਨਾਹਰਾ ਵੀ ਨਹੀਂ ਮਾਰਿਆ ਹੈ ਇਹਨਾਂ ਨੇ ਇਹਨਾਂ ਨੂੰ ਵੋਟਾਂ ਦੀ ਪਈਆ ਸੀ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਸਾਡੇ ਪਿੰਡ ਦੇ ਉਮੀਦਵਾਰ ਵੋਟਾਂ 'ਚ ਖੜੇ ਹੋ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਕਿਰਪਾ ਕਰਕੇ ਸਾਡਾ ਸਾਥ ਦਿਓ ਵੋਟਾਂ ਦਾ ਦਵਾਰੇ ਵੀ ਆ ਜਾਣਗੀਆਂ ਜੇ ਆਪਾਂ ਕਿਸਾਨੀ ਸੰਘਰਸ਼ ਨੂੰ ਜਿੱਤ ਲਈਏ ਤਾਂ ਇਹ ਬਹੁਤ ਵਧੀਆ ਹੋਵੇਗਾ ਸਾਡੇ ਸਾਰਿਆਂ ਦੇ ਲਈ ਦੇਖੋ ਜੇ ਇਹ ਸਭ ਤੋਂ ਪਹਿਲਾਂ ਦਾ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਸਾਨੂੰ ਜਿਹੜਾੜੇ ਬੋਟ ਪਾਉਣ ਵਾਲੇ ਸਾਡੀਆਂ ਮਾਈਆਂ ਭੈਣਾਂ ਸਭ ਦਿੱਲੀ ਦਿੱਲੀ ਬੈਠੇ ਨੇਗੇ ਵੋਟ ਕੌਣ ਪਾਊਗਾ ਬਾਕੀ ਸਾਰੇ ਉੱਥੇ 130 ਮੋਤਾਂ ਹੋਈਆਂ ਉਹ ਤਾਂ ਇਹਨਾਂ ਦੀ ਯਾਦ ਨਹੀਂ ਇਹਨਾਂ ਨੂੰ ਆਪਣੀਆਂ ਵੋਟਾਂ ਨਹੀਂ ਹੋਈ ਪਈ ਐ ਅਸੀਂ ਜਾਨੀ ਪੂਰਾ ਇਹੋ ਕਰਾਂਗੇ ਇਹਨਾਂ ਨੂੰ ਕੈਨਸਲ ਕੀਤਾ ਜਾਵੇ ਨਹੀਂ ਅਸੀਂ ਕੋਈ ਵੋਟ ਨਹੀਂ ਪਾਵਾਂ ਹਾਂਜੀ ਪਰਚੇ ਲਾਏ ਹੋਣੇ ਜੀ ਸਭ ਦੇ ਗੇਟਾਂ ਦੇ ਪਰਚੇ ਲਾਏ ਨੇ ਜੀ ਇਹ ਸਾਡੇ ਢਿੱਲੋਂ ਪੱਤੀ ਨੌਜਵਾਨਾਂ ਦਾ ਮਤਲਬ ਉਹਨਾਂ ਨੇ ਪੂਰਾ ਉਹ ਕਰਿਆ ਜੀ ਆਪਦੇ ਬੰਦ ਲੁਭਾਈ ਨੇ ਜੀ ਤੇ ਵਧੀਆ ਪ੍ਰਾਰਲ ਹੈ ਇਹਨਾਂ ਦਾ ਹੋਰ ਹੀ ਪਿੰਡ ਚ ਲਾਵਾਂਗੇ ਸੋ ਅਸੀਂ ਇਹ ਬਾਈਕਟ ਇਸ ਕਰਕੇ ਕਰਦੇ ਆਂ ਜੀ ਕਿਉਂਕਿ ਸਾਡੇ ਪਰਿਵਾਰ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਧਰਨਿਆਂ ਤੇ ਬੈਠੇ ਨੇ ਹੁਣ ਸਰਕਾਰ ਨੂੰ ਵੋਟਾਂ ਦੀ ਬਣੀ ਪਈ ਐ ਲੀਡਰਾਂ ਨੂੰ ਬਣਿਆ ਪਿਆ ਵੀ ਅਸੀਂ ਜਿੱਤ ਲਈ ਅਸੀਂ ਜਿੱਤ ਲਈਏ ਅੱਗੇ ਜਿੱਤ ਕੇ ਸਾਡਾ ਕੀ ਕਰਿਆ ਕਿਸੇ ਨੇ ਕੋਈ ਵੀ ਲੀਡਰ ਸਾਡੇ ਸੰਘਰਸ਼ ਦੇ ਵਿੱਚ ਸਾਡੇ ਨਾਲ ਨਹੀਂ ਬੋਲਿਆ ਜੇ ਇਹ ਸਹੀ ਹੋਣ ਜਾਂ ਸਾਫ਼ ਹੋਣ ਤਾਂ ਸਾਡੇ ਨਾਲ ਬੋਲਦੇ ਜੇ ਨਾਲ ਬੋਲਦੇ ਤਾਂ ਅਸੀਂ ਵੱਧ ਚੜ ਕੇ ਵੋਟਾਂ ਪਾਉਂਦੇ ਹੁਣ ਅਸੀਂ ਵੋਟਾਂ ਪਾਉਣ ਵੇਲੇ ਇਹਨਾਂ ਨੂੰ ਇਹੀ ਗੱਲ ਕਹੀ ਹੋਈ ਹੈ ਵੀ ਕੋਈ ਵੀ ਸ਼ਿਆਸੀ ਲੀਡਰ ਕਿਸੇ ਵੀ ਪਾਰਟੀ ਦਾ ਉਹਨਾਂ ਚਰਵਾਸਤੇ ਜਾਂ ਤਾਂ ਵੋਟਾਂ ਮੁਲਤਵੀ ਕਰਨ ਅਸੀਂ ਫੇਰ ਵੀ ਮੰਨ ਸਕਦੇ ਹਾਂ ਵੀ ਸਾਡੇ ਕਿਸਾਨਾਂ ਵਾਸਤੇ ਇਹ ਸੰਘਰਸ਼ ਜਿਹੜੇ ਇਹਦੇ ਤੇ ਹਮਾਇਤ ਕਰ ਰਹੇ ਨੇ ਜੇ ਇਹ ਨਹੀਂ ਮੁਲਤਵੀ ਕਰ ਸਕਦੇ ਜਾਂ ਹੋਰ ਨਹੀਂ ਕਰ ਸਕਦੇ ਤਾਂ ਸਾਡੇ ਵੱਲ ਇਹਨਾਂ ਦਾ ਰੋਸ ਹੈ ਜਿਹੜਾ ਉਹ ਜਾਰੀ ਰਹੂਗਾ ਅਸੀਂ ਕਹਾਂਗੇ ਵੀ ਸਾਡੇ ਕੋਈ ਵੀ ਸ਼ਿਆਸੀ ਆਗੂ ਸਾਡੇ ਵੋਟਾਂ ਮੰਗਣ ਆਉਣ